दो लोकेशन तो सेवा में प्रदान कर देने। सेकंड लोकेशन लॉस्ट हिल ट्रेवल सेंटर 14814 एलोम स्ट्रीट लॉस्ट हिल्स, फोन नंबर 6617973। ओ यार की सपने देखे सी कनेडा आने तो पहला, ओ सपने पूरे करने हैं ता ड्रीम लाइनर एक्सप्रेस वाले नु कॉल कर। जी हाँ, ड्रीमलाइनर एक्सप्रेस कंपनी कैलगरी अल्बर्टा कनाडा, जिन्हां नूं साफ सुथरे रिकॉर्ड ते 2 साला तजर्बे वाले ड्राइवर्स दी लोड़ है। इन्हां कोल कैलगरी अल्बर्टा तो कैलिफोर्निया ते एरिजोना दे सिद्धे रन है। इन्हां कोल ड्राई ते रीफर लोड भी है, होम रिटर्न विद इन 5 डेज, बाई वीकली ते चंगी तनखा दिंदे आ। और हाँ, सिंगल ते टीम्स दोनों नूं हायर करदे ने। वधेरे जानकारी लई कॉल 4304495 लॉन्ग हॉल नहीं जाना चाहते, लोकल रह के बच्चों नाल वध समा बतीत करना चाहते ने, फैमिली नूं टाइम देना चाहते ने, इनकम भी पूरी चाहते ने, तो वाशिंगटन फ्रेट सर्विस शियाटल जी ओनर ऑपरेटर ते ड्राइवर लोकल एरिया जॉब के लिए हायर कर रही है, पंजाबी ते इंग्लिश डिस्पैच करते हैं। जगदेव संधु होर 2532669924 ते गुरविंदर धालीवाल 2063544460 ते कॉल कर सकते हो। मेरे नाल डॉक्टर शिंदर कौर हो रही जुड़ गए ने। डॉक्टर साहब सत श्री अकाल जी। हेलो, सत श्री अकाल जी। डॉक्टर साहब मुताबिक नजर मारीए तां साइंटिफिक पक्षों मेडिकल पक्षों की जायज है, समाजिक पक्षों किन्नी की जायज है, क्योंकि तुस तुहाडे नाल तां मैं दोहें पक्ष ही डिस्कस कर सकदा। मैं पाजी अज दो बतौर एक डॉक्टर आइडेंटिटी लुकाण तो बाद दो केस पहला तुहाडे सामने रखना चाहनी है, जेड़ी शायद साडे समाज दे बहुत लुकाए हुए जो हिस्से ने उन्हां नूं शायद सामने लियाएगी ते लोकां नूं शीशा विखा सकदी है भी असीं असलियत च कित्थे आ, फिर गल करदे आ कि जायज है या नहीं। पहला एक केस जिहड़ा साडे कोल रजिंद्रा च पहुंचिया, जिहनूं मापे ही लैके आए सन, ਉਹ ਕੁੜੀ ਸੀ 19 ਸਾਲ ਦੀ ਜੀ, ਕੁਰਾਲੀ ਦੇ ਵਿੱਚ ਉਹ ਪੀਜੀ ਹੋਸਟਲ 'ਚ ਰਹਿ ਰਹੀ ਪਿਛਲੇ 3 ਸਾਲਾਂ ਤੋਂ ਆਈਲੈਟਸ ਦੀ ਕਲੀਅਰੈਂਸ ਦਾ ਕਹਿ ਕੇ ਤੇ ਮਾਪੇ ਪੈਸੇ ਰੋੜ ਰਹੇ ਨੇ ਕਿ ਉਹ ਆਈਲੈਟਸ ਕਲੀਅਰ ਕਰੇ ਤੇ ਇੱਕ ਮੁੰਡੇ ਵੱਲੋਂ ਹਾਂ ਵੀ ਫੈਮਿਲੀ 'ਚ ਹੋ ਗਈ ਸੀ ਕਿ ਉਹਨਾਂ ਨਾਲ ਇਹ ਕਲੀਅਰ ਕਰੇ ਤੇ ਉਹ ਜੋ ਵੀ ਅੱਜ ਦਾ ਲੈਣ ਦੇਣ ਹੁੰਦਾ ਵੀ ਇਹ ਚਲੀ ਜਾਏ ਤਾਂ ਫਿਰ ਮੁੰਡਾ ਲੈ ਜਾਏਗੀ ਜੀ। 3 ਸਾਲਾਂ ਤੋਂ ਉੱਥੇ ਰਹਿ ਰਹੀ ਸੀ ਪੀਜੀ 'ਚ। ਮੈਂ ਦੱਸਣਾ ਇਹ ਚਾਹੁੰਦੀ ਹਾਂ ਕਿ ਉਹ ਜਦੋਂ ਲੈ ਕੇ ਆਏ ਉਹਨੂੰ ਉਹਨੂੰ ਉਲਟੀਆਂ ਵੀ ਟੱਟੀਆਂ ਵੀ ਤੇ ਹੋਰ ਵੀ ਕਾਫੀ ਕੁਛ ਸੀ ਜੀ, ਵੇਟ ਲੂਸ ਸੀ ਲਗਾਤਾਰ ਹੋ ਰਿਹਾ। ਜਦੋਂ ਟੈਸਟ ਕਰਾਏ ਗਏ ਤਾਂ HIV ਪੋਜ਼ਿਟਿਵ ਸੀ ਜੀ, ਤੇ ਨਸਾਂ ਚ ਉਹ ਟੀਕੇ ਲਾ ਰਹੀ ਸੀ ਐਂਡ ਉਹ ਮੰਨੀ ਕੁੜੀ ਕਿ ਮੇਰੇ ਇੱਕ ਨਹੀਂ ਅਨੇਕ ਮੁੰਡਿਆਂ ਨਾਲ ਸੰਬੰਧ ਹਨ ਜੀ। ਮੈਂ ਤੁਹਾਨੂੰ ਸਿਰਫ ਇੱਕ ਕੇਸ ਦੱਸਿਆ ਜਿੱਥੇ ਮਾਪੇ ਅੰਨੇ ਹੋ ਕੇ ਪੀਜੀ ਚ ਭੇਜ ਦਿੰਦੇ ਨੇ, ਜਿੱਥੇ ਲੱਗਦਾ ਕਿ ਹਾਂਜੀ ਇਹ ਪੜ੍ਹ ਕੇ ਤੇ ਸਾਡਾ ਇਹ ਕਮਾਊ ਪੁੱਤ ਬਣ ਕੇ ਨਿਕਲੇਗਾ। ਉਮਰ 19 ਸਾਲ ਸੀ, 3 ਸਾਲਾਂ ਤੋਂ ਉਹ ਪੀਜੀ ਚ ਰਹਿ ਰਹੀ ਸੀ ਜੀ। ਇਹ ਸਿਰਫ ਮੈਂ ਤੈਨੂੰ ਇੱਕ ਕੇਸ ਦੱਸਿਆ, ਜੇ ਇਹੋ ਜਿਹੇ ਇੱਕ ਨਹੀਂ ਸੇਮ ਇਹੋ ਜਿਹੇ ਸਨ, ਜਿਹੜੀਆਂ ਇੱਕ ਚਾਚੇ ਤੇ ਤਾਏ ਦੀਆਂ ਦੋ ਕੁੜੀਆਂ, ਉਹ ਵੱਖਰੇ ਹੋਰ ਪਿੰਡ ਚੋਂ ਨੇ। ਮੈਂ ਉਹਦਾ ਜ਼ਿਕਰ ਪਿੰਡ ਦਾ ਨਾਂ ਨਹੀਂ ਲੈਣਾ ਚਾਹੁੰਦੀ ਕਿਉਂਕਿ ਉਹ ਪਤਾ ਲੱਗਦੇ ਸਾਰੇ ਇਮੀਡੀਏਟਲੀ ਸਾਰੀ ਗੱਲ ਫੈਲ ਜਾਣੀ। ਬਿਲਕੁਲ, ਉਹ ਪਿੰਡ ਵਾਲੇ ਵੱਡੇ ਨਹੀਂ ਹੁੰਦੇ। ਹਾਂਜੀ, ਚਾਚੇ ਤੇ ਮੈਂ ਤਾਂ ਹੀ ਪਹਿਲੀ ਵੀ ਬੇਟੀ ਦਾ ਅਸਲ ਪਿੰਡ ਦਾ ਨਾਂ ਨਹੀਂ ਦੱਸਿਆ, ਸਿਰਫ ਇਹ ਦੱਸਿਆ ਜਿਸ ਥਾਂ ਤੋਂ ਉਹ ਰਹਿ ਰਹੀ ਸੀ ਉਸ ਥਾਂ ਤੋਂ। ਇਹ ਹੁਣ ਸਕੇ ਚਾਚੇ ਤੇ ਸਕੇ ਤਾਏ ਦੀਆਂ, ਯਾਨੀ ਉਹ ਆਪਸ ਚ ਦੋ ਕੁੜੀਆਂ ਸੀ। ਹਾਂਜੀ, ਕਜ਼ਨਸ, ਫਸਟ ਕਜ਼ਨਸ, ਭੈਣ ਨਹੀਂ ਕਜ਼ਨਸ ਕਹਿ ਦਿਓ। ਹਾਂਜੀ, ਇੱਕ ਦੀ 22 ਸਾਲ ਦੀ ਉਮਰ ਸੀ ਤੇ ਇੱਕ ਦੀ ਹੈ ਸੀ 17 ਸਾਲ ਜੀ। ਹੁਣ ਇਹ ਦੋਨੋਂ ਮੰਨੀਆਂ ਨੇ ਕਿ ਸਾਡੇ ਨਾਲ
ਪਿੰਡ ਦੇ ਹੋਰ ਨੌਜਵਾਨ ਮੁੰਡੇ ਵੀ ਨੇ ਤੇ ਅਸੀਂ ਸੂਈਆਂ ਸ਼ੇਅਰ ਕਰਦੇ ਹਾਂ ਤੇ ਇਹ ਸਾਡਾ ਸਿਲਸਿਲਾ ਬੇਰੋਕ ਟੋਕ ਚੱਲ ਰਿਹਾ। ਮੈਂ ਇਸ ਬਿਲਕੁਲ ਨਹੀਂ ਨਾਂ ਲੈ ਰਹੀ ਕਿ ਪੁਲਿਸ ਵਾਲਾ ਦਿੰਦਾ ਕਿ ਕੌਣ ਸਪਲਾਈ ਕਰਦਾ, ਮੈਂ ਤੈਨੂੰ ਅਸਲੀਅਤ ਦਿਖਾ ਰਹੀ ਹਾਂ ਕਿ ਇਹ 17 ਸਾਲ ਦੀ ਜਿਹੜੀ ਕੁੜੀ ਦਾ ਜਿਹੜਾ ਲੈ ਕੇ ਆਏ ਨੇ ਉਹਨੂੰ ਵੀ ਏਡਸ ਹੈ, ਉਹਨੂੰ ਹੈਪੇਟਾਈਟਸ ਬੀ ਵੀ ਸੀ, ਹੈਪੇਟਾਈਟਸ ਸੀ ਵੀ ਸੀ ਤੇ ਉਹ ਮੰਨੇ ਨੇ ਕਿ ਅਸੀਂ ਸਾਰੇ ਨੀਡਲ ਸ਼ੇਅਰ ਕਰ ਰਹੇ ਹਾਂ। ਇਹ ਤਾਂ ਇੱਕ ਤਰਫਾ, ਹੁਣ ਦੂਜੇ ਪਾਸੇ ਇੱਕ ਹੋਰ ਝਾਤ ਮਰਵਾ ਦਿਆਂ ਜੋ ਕਿ ਫਰੰਟ ਪੇਜ ਤੇ ਇੰਡੀਅਨ ਐਕਸਪ੍ਰੈਸ ਦੇ ਆਇਆ ਸੀ, ਨਿਊਜ਼ ਜੋ ਨਿਊਜ਼ ਆਈ ਸੀ ਉਸ ਬਾਰੇ ਡਿਟੇਲ ਦੱਸੀ ਗਈ ਸੀ, ਉਹ ਇਹ ਸੀ ਕਿ ਲੁਧਿਆਣੇ ਦੇ ਲਾਗੇ ਇੱਕ ਪ੍ਰਜਾਤੀ ਕਹਿ ਲਓ ਜਿਹੜੇ ਵੀ ਉਹ ਲੋਕ ਨੇ ਗਰੀਬ, ਉਹ ਸਕੂਲ ਦੇ ਬੱਚਿਆਂ ਚੋਂ ਜਿਹੜੀਆਂ ਉੱਥੇ ਪੜ੍ਹਨੇ ਪਾਉਂਦੀਆਂ ਨੇ ਉਹਨਾਂ ਚ 5ਵੀਂ ਜਮਾਤ ਦੀਆਂ ਦੀ ਇੰਗੇਜਮੈਂਟ ਕਰ ਦਿੰਦੇ ਨੇ ਤੇ 7ਵੀਂ ਤੇ ਵਿਆਹ ਕਰ ਦਿੰਦੇ ਨੇ। ਚਾਹੇ ਪੰਜਾਬ ਆ ਕੇ ਕੀ ਫਾਇਦਾ ਹੋਇਆ ਉਹਨਾਂ ਨੂੰ, ਇਹ ਪੰਜਾਬ ਵਿੱਚ ਹੋ ਰਿਹਾ ਤੇ ਇਹ ਚੀਜ਼ਾਂ, ਇਹ ਮੈਂ ਕੋਈ ਪੁਰਾਣੇ ਸਮਿਆਂ ਦੀ ਗੱਲ ਨਹੀਂ ਸੁਣਾ ਰਹੀ, ਮੈਂ ਇਸੇ ਸਾਲ ਦੀ ਗੱਲ ਸੁਣਾ ਰਹੀ ਹਾਂ ਖਬਰ ਛਪੀ ਤੇ। ਹੁਣ ਇੱਕ ਤੀਸਰੀ ਤੇ ਬਹੁਤ ਅਹਿਮ ਗੱਲ ਜੋ ਤੁਹਾਨੂੰ ਮੈਂ ਸ਼ੇਅਰ ਕਰਨਾ ਚਾਹੁੰਦੀ ਹਾਂ ਉਹ ਇਹ ਹੈ ਕਿ ਡਾਕਟਰਸ ਦੇ ਕੋਲ 5ਵੀਂ ਜਮਾਤ ਚ ਪੜ੍ਹਦੀਆਂ ਕੁੜੀਆਂ ਦੀ ਜਿਹੜੀਆਂ ਇਸ ਵੇਲੇ ਨੇ ਉਹਨਾਂ ਦੀ, ਇਸ ਕਰਕੇ ਹੁਣ ਧਿਆਨ ਕਰਿਓ, ਇਹ ਇਸ ਵੇਲੇ ਮੈਂ ਪਟਿਆਲੇ ਦੀ ਹੁਣ ਗੱਲ ਕਰਦੀ ਹਾਂ ਕਿ ਉਹਨਾਂ ਦੀ 5ਵੀਂ ਜਮਾਤ ਚ ਆ ਕੇ ਜਿਹੜੀ ਓਰਿਜਿਨਲ ਏਜ ਲਿਖੀ ਹੁੰਦੀ ਜੇ ਉਸ ਤੋਂ ਕੱਟ ਕੇ ਤੇ ਉਹਨਾਂ ਦੀ ਉਮਰ 4 ਜਾਂ 5 ਸਾਲ ਵਧਾ ਕੇ ਕਹਿੰਦੇ ਨੇ ਲਿਖ ਦਿਓ ਜੀ ਇਹਦੀ ਬਰਥ ਡੇਟ ਇਹ ਬਣਾਉਣੀ ਆ ਅਸੀਂ, ਤਾਂ ਕਿ ਇਹਦਾ ਜਿਹੜਾ ਆਧਾਰ ਕਾਰਡ ਤੇ ਅਸੀਂ ਉਹ ਉਮਰ ਵਧਾ ਕੇ ਲਿਖ ਸਕੀਏ। ਕਾਰਨ ਇਹ ਕਿ ਸਾਨੂੰ ਇਹ ਕੁੜੀ ਨੂੰ ਅਸੀਂ ਛੇਤੀ ਵਿਆਹਣਾ ਚਾਹੁੰਦੇ ਹਾਂ ਕਿਉਂਕਿ ਸਮਾਜ ਠੀਕ ਨਹੀਂ ਹੈ ਤੇ ਇਹਨਾਂ ਨੇ ਅੜਚਨ ਪਾਣੀ ਹੈ ਤੇ ਸਾਡੀ ਉਮਰ ਹੀ ਵਧਾ ਦਿਓ। ਇਹ ਚੀਜ਼ਾਂ ਜੋ ਅਸਲੀਅਤ ਮੈਂ ਤੁਹਾਨੂੰ ਇੰਨ ਬਿੰਨ ਉਂਝ ਹੀ ਸੁਣਾ ਰਹੀ ਹਾਂ ਜੋ ਵਾਪਰ ਰਹੀਆਂ ਨੇ, ਕੋਈ ਕਹਾਣੀਆਂ ਨਹੀਂ ਨੇ। ਹੁਣ ਇਹ ਸਾਰੇ ਦਾ ਜੇ ਆਪਾਂ ਨਿਚੋੜ ਕੱਢੀਏ, 21 ਸਾਲ ਦੀ ਉਮਰ ਦਾ ਕਰਨਾ ਮੈਂ ਬਹੁਤ ਇਹਨੂੰ ਮੁਬਾਰਕ ਕਦਮ ਗਿਣਦੀ ਹਾਂ ਕਿਉਂਕਿ ਉਹ ਅਸਲ ਚ ਜਿੱਥੇ ਬੇਟੀਆਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਜੋਗਾ ਬਣਾ ਦਿੰਦੇ ਨੇ, ਪੜ੍ਹਨ ਲਿਖਣ ਜੋਗੇ ਹੋ ਜਾਂਦੀਆਂ ਨੇ, ਹੱਕ ਸਮਝਣ ਲੱਗ ਸਕਦੀਆਂ ਨੇ, ਘਰੇਲੂ ਹਿੰਸਾ ਦਾ ਘੱਟ ਸ਼ਿਕਾਰ ਹੋਣਗੀਆਂ, ਉਹਨਾਂ ਨੂੰ ਪਤਾ ਹੈ ਕਿ ਅਸੀਂ ਗਰਭ ਰੋਕੂ ਕਿਹੜੀ ਕਿਹੜੀ ਚੀਜ਼ ਵਰਤ ਸਕਦੇ ਹਾਂ, ਕਿਵੇਂ ਸਰੀਰ ਦਾ ਖਿਆਲ ਰੱਖ ਸਕਦੇ ਹਾਂ, ਤੇ ਉਹ ਇੱਕ ਭਾਰ ਬਣ ਕੇ ਨਹੀਂ ਜਾਏਗੀ ਸਹੁਰਿਆਂ ਤੇ, ਬਰਾਬਰ ਕਮਾਊ ਧੀ ਬਣ ਕੇ ਜਾਏਗੀ ਤਾਂ ਉਹਦੀ ਇੱਜ਼ਤ ਵੀ ਹੋਏਗੀ ਤੇ ਉਹ ਬਰਾਬਰ ਦਾ ਯੋਗਦਾਨ ਪਾ ਸਕਦੀ ਹੈ। ਸਭ ਤੋਂ ਅਹਿਮ ਗੱਲ ਕਿ ਪੜ੍ਹੀ ਲਿਖੀ ਮਾਂ ਸਮਾਜ ਦੇ ਵਿੱਚ ਆਪਣੇ ਬੱਚੇ ਇਸ ਤਰੀਕੇ ਦੇ ਤਿਆਰ ਕਰ ਸਕਦੀ ਹੈ ਜੋ ਕਿ ਜੋ 16-17 ਸਾਲ ਦੀ ਨਹੀਂ ਕਰ ਸਕਦੀ ਬੇਟੀ ਜੋ ਇਸ ਵੇਲੇ ਵਿਆਹੇ ਜਾ ਰਹੇ ਨੇ। ਸੋ ਉਹ ਜਿਹੜਾ ਆਪਣੇ ਬੱਚਿਆਂ ਨੂੰ ਵੀ ਸਹੀ ਸੇਧ ਦੇ ਸਕੇ, ਉਹਨਾਂ ਨੂੰ ਵੀ ਪੜ੍ਹਨ ਵੱਲ ਨੂੰ ਲਾਏ ਤਾਂ ਕਿ ਉਹ ਅਵਾਰਾ ਨਾ ਇਸ ਤਰ੍ਹਾਂ ਘੁੰਮਣ, ਉਹ ਬਹੁਤ ਜ਼ਿਆਦਾ ਵਧੀਆ ਇੱਕ ਕਦਮ ਇਹਨੂੰ ਗਿਣ ਸਕਦੇ ਆ। ਦੂਜੇ ਪਾਸੇ ਇਸ 21 ਸਾਲ ਦੇ ਤੱਕ ਜਾਣ ਲਈ ਲੋਕ ਕਿਉਂ ਔਖੇ ਨੇ ਉਹਦੇ ਵੱਲ ਧਿਆਨ ਨਹੀਂ ਦੇ ਰਹੇ ਕਿ ਕੀ ਅਸੀਂ ਸਮਾਜ ਉਹਨਾਂ ਦੇ ਜਿਉਣ ਜੋਗਾ ਛੱਡਿਆ, ਜਿੱਥੇ ਅਸੀਂ ਪਹਿਲੀ ਗੱਲ ਤਾਂ ਕੁੱਖ ਚ ਹੀ ਮਾਰ ਮੁਕਾਉਂਦੇ ਹਾਂ। ਜੇ ਬਾਹਰ ਆਉਂਦੀ ਹੈ ਤੇ ਸਾਡੇ ਕੋਲ ਖਬਰਾਂ ਨੇ ਕਿ 9 ਮਹੀਨੇ ਦੀ ਬਾਲੜੀ ਨਾਲ ਵੀ ਜਬਰ ਜਨਾਹ ਦਾ ਉਹਨਾਂ ਨਾਲ ਕੋਸ਼ਿਸ਼ ਕੀਤੀ ਗਈ ਜਿੱਥੇ ਅਜੇ ਅੰਗ ਹੀ ਨਹੀਂ ਬਣੇ, ਉਹਨੂੰ ਕੱਟ ਵੱਢ ਕੇ ਜੋ ਹਾਲ ਕੀਤਾ ਸਾਡੇ ਕੋਲ ਹੈ, 5 ਸਾਲਾਂ ਦੀ, 2.5 ਸਾਲਾਂ ਦੀ, 8 ਸਾਲਾਂ ਦੀ, ਇਹਨਾਂ ਦੀਆਂ ਤਾਂ ਤੁਸੀਂ ਖਬਰਾਂ ਪੜ੍ਹ ਲਈਆਂ ਕਿ ਉਹ ਧਾਰਮਿਕ ਥਾਵਾਂ ਤੇ ਜਾ ਕੇ ਵੀ ਇਹਨਾਂ ਨੂੰ ਨਹੀਂ ਛੱਡਿਆ ਜਾਂਦਾ, ਨਹੀਂ ਛੱਡਿਆ ਵਿਚਾਰੀਆਂ, ਉੱਥੇ ਵੀ ਸੇਫ ਨਹੀਂ। ਪੰਜਾਬ ਦੇ ਵਿੱਚ ਸਾਡੇ ਇਸ ਵੇਲੇ ਵੀ ਖਬਰਾਂ ਹੀ ਛਪੀਆਂ ਨੇ, ਮੈਂ ਤੇ ਆਪ ਹੀ ਖਬਰ ਪੜ੍ਹੀ ਹੈ ਵੀ ਚਾਈਲਡ ਪੋਰਨੋਗ੍ਰਾਫੀ ਦਾ ਇਸ ਵੇਲੇ ਇੱਥੇ ਇਹਨਾਂ ਨੇ ਲੱਭਿਆ, ਜਿਹੜਾ ਕਿ ਜਿੱਥੋਂ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤੇ ਫਿਰ ਪਤਾ ਲੱਗਿਆ ਇਹ ਅਨੇਕ ਹੋਰ ਥਾਵਾਂ ਤੇ ਵੀ ਚੱਲ ਰਿਹਾ। ਇਹ ਸਾਰੇ ਮਾਹੌਲ ਦੇ ਵਿੱਚ ਜਿੱਥੇ ਬੇਟੀ ਸਾਡੀ ਇਕੱਲੀ ਘਰੋਂ ਬਾਹਰ ਨਿਕਲਣੀ ਸੁਰੱਖਿਅਤ ਅਸੀਂ ਗਿਣਦੇ ਹੀ ਨਹੀਂ, ਮਾਂ ਪਿਓ ਦੀ ਜਾਨ ਜਿਹੜਾ ਕਲੇਜਾ ਮੂੰਹ ਨੂੰ ਆਇਆ ਹੁੰਦਾ ਜੇ 5 ਮਿੰਟ ਵੀ ਲੇਟ ਹੋ ਜਾਏ ਪਈ ਹੈ ਕਿ ਨਹੀਂ, ਵਾਰ ਵਾਰ ਫੋਨ ਕਰਨੇ, ਜਿੱਥੇ ਸਾਨੂੰ ਪਤਾ ਇੱਕ ਡਾਕਟਰ ਬੇਟੀ ਵੀ ਸ਼ਾਮ ਨੂੰ ਦਰਿੰਦੇ ਫੜ ਕੇ ਲੈ ਜਾਂਦੇ ਨੇ, ਮਾਰ ਮੁਕਾਉਂਦੇ ਨੇ, ਯਾਨੀ ਕਿਸੇ ਪੱਧਰ ਤੱਕ ਦੀ ਵੀ ਪੜ੍ਹੀ ਲਿਖੀ ਵੀ ਬੇਟੀ
या छोटी बालड़ी कोई भी सुरक्षित ना होवे उत्थे मैनू दसो कि मां या प्यो दा ए कहना कि भाई ए तो बचनी नहीं खादी पीती जानी है उस तो पहला व्याह के तोर दईए ਤੁਸੀਂ ਉਮਰ ਵਧਾ ਕੇ ਲਿਖ ਦਿਓ ਵੀ ਸਾਡੀ ਬੇਟੀ ਦੀ ਜਾਨ ਬਚ ਜਾਵੇ ਇਹਦੀ ਇੱਜ਼ਤ ਬਚ ਜਾਵੇ ਇਹਨੂੰ ਬਚਾ ਕੇ ਰੱਖੀਏ ਇਹੋ ਜੇ ਮਾਹੌਲ ਦੇ ਵਿੱਚ ਜਰਾ ਇੱਕ ਪਾਸਾ ਜ਼ਰੂਰ ਜੋ ਬਹੁਤ ਵਧੀਆ ਪਰ ਦੂਜੇ ਪਾਸੇ ਅਸੀਂ ਜਿਹੜਾ ਕਾਨੂੰਨ ਛਿੱਕੇ ਤੇ ਟੰਗ ਕੇ ਜੋ ਇਸ ਵੇਲੇ ਸਾਡੇ ਕਿਵੇਂ ਕਰਿਓ ਮੁੜ ਘਿੜ ਕੇ ਉੱਥੇ ਹੀ ਗੱਲ ਆ ਜਾਂਦੀ ਹੈ ਕਿਉਂਕਿ ਬਹੁਤੇ ਅੱਡੇ ਸਿਆਸਤਦਾਨਾਂ ਦੀ ਸ਼ਹਿ ਹੇਠ ਹੀ ਚੱਲਦੇ ਬਿਲਕੁਲ ਐਵੇਂ ਤਾਂ ਚੱਲਦੇ ਹੀ ਨਹੀਂ ਜੀ ਸੋ ਇਹ ਮਿਲੀ ਭੁਗਤ ਜੋ ਪੁਲਿਸ ਦੀ ਜੋ ਇਹਨਾਂ ਦੀ ਜੋ ਸਾਰੇ ਸਰਕਾਰੀ ਅਫਸਰਾਂ ਦੇ ਨਾਲ ਮਿਲ ਜੁਲ ਕੇ ਜੋ ਇਹ ਕੰਮ ਚੱਲਦਾ ਇਹਦੇ ਵਿੱਚ ਆਮ ਇੱਕ ਗਰੀਬ ਘਰ ਕਿੱਥੇ ਜਾ ਕੇ ਡੁੱਬੇ ਕਿੱਥੇ ਮਰੇ ਕਿਵੇਂ ਧੀ ਲੁਕਾਏ ਸੋ ਇਹ ਤਾਂ ਬਹੁਤ ਅਹਿਮ ਗੱਲ ਹੈ ਕਿ ਇਹ ਇੱਕ ਪਾਸੇ ਜੇ ਅਸੀਂ ਸਿਰਫ ਇਹ ਸਿਰਫ ਸੋਚ ਕੇ ਕਿ ਹਾਂ ਇਹ ਸਭ ਚੰਗਾ ਉਹਨਾਂ ਲਈ ਹੋ ਰਿਹਾ ਪਰ ਦੂਜੇ ਪਾਸੇ ਧੀਆਂ ਲਈ ਚੰਗਾ ਛੱਡਿਆ ਕੀ ਆ ਜੇ ਉਹ ਨੌਕਰੀਆਂ ਚ ਜਾਂਦੀਆਂ ਨੇ ਤਾਂ ਉੱਥੇ ਵੀ ਇਹੋ ਹਾਲ ਕਿ ਤੁਸੀਂ ਆਪਣੇ ਸੀਨੀਅਰ ਨੂੰ ਖੁਸ਼ ਕਰਨਾ ਤੁਸੀਂ ਤਰੱਕੀ ਲੈਣੀ ਹੈ ਤਾਂ ਪਈ ਤੁਹਾਡੇ ਕੋਲ ਇੱਕੋ ਹੀ ਤਰੀਕਾ ਕਿ ਤੁਸੀਂ ਸਰੀਰਕ ਸ਼ੋਸ਼ਣ ਕਰਾਓ ਜੇ ਉਹ ਮੈਂ ਆਪਣੇ ਇੱਥੇ ਦੇ ਹੋਸਪਿਟਲ ਦੀ ਵੀ ਗੱਲ ਕਰ ਸਕਦੀ ਹੈ ਜਿੱਥੇ ਸਾਨੂੰ ਪਤਾ ਇਹ ਵਾਪਰਿਆ ਪਟਿਆਲੇ ਦੇ ਵਿੱਚ ਤਾਂ ਬਹੁਤ ਵੱਡਾ ਕਾਂਡ ਹੋਇਆ ਸੀ ਪੀ ਐਚ ਡੀ ਦੇ ਜਿਹੜੀ ਹੈ ਨੰਬਰ ਲਵਾਉਣ ਦੇ ਲਈ ਆਪਦੀ ਥੀਸਿਸ ਨੂੰ ਪ੍ਰੂਵ ਕਰਾਉਣ ਦੇ ਲਈ ਕਿੱਡਾ ਵੱਡਾ ਸਕੈਂਡਲ ਹੋਇਆ ਸੀਗਾ ਤੁਹਾਨੂੰ ਯਾਦ ਹੋਣਾ 2002 ਦੇ ਚੱਕਰ ਬਿਲਕੁਲ ਬਿਲਕੁਲ ਜੀ ਸਾਡੇ ਤਾਂ ਮੈਡੀਕਲ ਕਾਲਜ ਵਿੱਚ ਵੀ ਥੀਸਿਸ ਲਿਖਣ ਆਉਂਦੀਆਂ ਬੇਟੀਆਂ ਨਾਲ ਜੋ ਵਾਪਰਦਾ ਕਿਵੇਂ ਕਿਹੜੇ ਹੋਟਲ ਚ ਲਜਾਈਆਂ ਜਾਂਦੀਆਂ ਜੋ ਇਹ ਗੰਦਗੀ ਹੈ ਇਸ ਵੇਲੇ ਇੱਥੇ ਫੈਲ ਚੁੱਕੀ ਹੈ ਇਹ ਸੱਚਮੁੱਚ ਬਿਆਨੋ ਬਾਹਰ ਹੈ ਮੈਂ ਐਵੇਂ ਜੇ ਇਸ ਪਾਸੇ ਪੋਥੜੇ ਫਰੋਲਣ ਲੱਗ ਗਈ ਤਾਂ ਮੈਨੂੰ ਲੱਗਦਾ ਮੂੰਹ ਲੁਕਾਉਣ ਲਈ ਕਿਸੇ ਨੂੰ ਥਾਂ ਨਹੀਂ ਮਿਲਣੀ ਤਾਂ ਇਹ ਹਕੀਕਤ ਜੇ ਕੁਝ ਹੀ ਹਕੀਕਤ ਜਿੱਥੇ ਚੁਫੇਰੇ ਵਾਈਫ ਸਵੈਪਿੰਗ ਤੋਂ ਲੈ ਕੇ ਯਾਨੀ ਭਾਵੇਂ ਹੇਠਲੀ ਪੱਧਰ ਦੇ ਨੇ ਜਾਂ ਸੋ ਕਾਲਡ ਸਕਰੀਮੀ ਲੇਅਰ ਚ ਵੀ ਚਲੇ ਜਾਓ ਹਰ ਜਗ੍ਹਾ ਤੇ ਸ਼ੋਸ਼ਣ ਔਰਤ ਦਾ ਬਿਲਕੁਲ ਉਸੇ ਤਰ੍ਹਾਂ ਜਾਰੀ ਹੈ ਸੋ ਗੱਲ ਤਾਂ ਇੱਥੇ ਨਿਬੜਦੀ ਹੈ ਕਿ ਕੀ ਅਸੀਂ ਇਹਨਾਂ ਬੇਟੀਆਂ ਲਈ ਇਹਨਾਂ ਦੇ ਸਵੈ ਰੁਜ਼ਗਾਰ ਲਈ ਇਹਨਾਂ ਦੇ ਜੋਬ ਸੁਰੱਖਿਅਤ ਜਿੱਥੇ ਹੋਣ ਕੋਈ ਇਹੋ ਜਿਹੀਆਂ ਕਮੇਟੀਆਂ ਹੋਣ ਜਿੱਥੇ ਇਹੋ ਜਿਹੀ ਕੋਈ ਮਾੜੀ ਨਜ਼ਰ ਰੱਖਣ ਵਾਲੇ ਨੂੰ ਸਹੀ ਢੰਗ ਨਾਲ ਸਜ਼ਾ ਦਵਾਈ ਜਾ ਸਕੇ ਇਹੋ ਜਿਹਾ ਕੁਝ ਵੀ ਐਗਜ਼ਿਸਟ ਸਾਡੇ ਮੁਲਕ ਵਿੱਚ ਕਰਦਾ ਹੀ ਨਹੀਂ ਉਹ ਕਾਗਜ਼ਾਂ ਚ ਹੁੰਦਾ ਜੇ ਅਸਲੀਅਤ ਵਿੱਚ ਤਾਂ ਜਿਸ ਤਰੀਕੇ ਇਹਨਾਂ ਦੇ ਲੀੜੇ ਪਾੜੇ ਜਾਂਦੇ ਨੇ ਸਾਨੂੰ ਪਤਾ ਹੈ ਕਿਵੇਂ ਇੱਜ਼ਤ ਤਾਰ ਤਾਰ ਕੀਤੀ ਜਾਂਦੀ ਹੈ ਸਰੇ ਬਾਜ਼ਾਰ ਕੋਈ ਇਸ ਚੀਜ਼ ਚ ਲੁਕਾ ਨਹੀਂ ਹੈ ਜੀ ਸੋ ਗੱਲ ਤਾਂ ਫਿਰ ਘੁੰਮ ਫਿਰ ਕੇ ਉੱਥੇ ਹੀ ਆਉਂਦੀ ਹੈ ਕਿ ਜੇ ਅਸੀਂ ਬੇਟੀਆਂ ਨੂੰ ਸਹੀ ਮਾਇਨਿਆਂ ਵਿੱਚ ਬਰਾਬਰੀ ਦਾ ਦਰਜਾ ਜਾਂ ਉਹਨਾਂ ਦੀ ਬਿਹਤਰੀ ਦੇ ਕਦਮ ਜਿੰਨੇ ਵੀ ਚੁੱਕਣੇ ਨੇ ਤਾਂ ਸਭ ਤੋਂ ਪਹਿਲੀ ਲੋੜ ਹੈ ਜਾਗਰਤੀ ਲਿਆਉਣੀ ਸਮਾਜ ਦੇ ਵਿੱਚ ਜੀ ਇਸ ਵੇਲੇ ਆਖਰ ਕਿਉਂ ਪਹਿਲਾਂ ਤਾਂ ਵੱਡਾ ਸਵਾਲ ਕਿ ਸਾਡੇ ਕੋਲ ਬਹੁਤ ਸਾਰੇ ਇਹੋ ਜਿਹੀਆਂ ਆਵਾਜ਼ਾਂ ਉੱਠੀਆਂ ਕਿ ਭਾਈ ਜੀ ਪ੍ਰੇਮੀ ਜੋੜਿਆਂ ਨੇ ਆਵਾਜ਼ਾਂ ਚੁੱਕੀਆਂ ਜੀ ਹੁਣ ਮੈਨੂੰ ਇੱਕ ਇਹਦੇ ਤੇ ਵੀ ਗੱਲ ਜ਼ਰਾ ਧਿਆਨ ਗੌਰ ਕਰੀਏ ਕਿ ਇਹ ਬੱਚੇ ਜੋ ਕੋਈ 17 ਸਾਲ ਦੇ ਕੋਈ 16 ਸਾਲ ਦੇ ਇਸ ਪਾਸੇ ਵੱਲ ਕਿਉਂ ਜਾ ਰਹੇ ਨੇ ਕਿ ਕਿਤੇ ਸਾਡੇ 'ਚ ਕੋਈ ਕਮੀ ਤਾਂ ਨਹੀਂ ਕਿ ਅਸੀਂ ਉਹਨਾਂ ਨੂੰ ਪ੍ਰੋਪਰ ਢੰਗ ਨਾਲ ਸਪੋਰਟਸ ਵਾਲੇ ਪਾਸੇ ਪਾਇਆ ਸੀ ਕਿ ਅਸੀਂ ਉਹਨਾਂ ਨੂੰ ਨਫ਼ਾ ਨੁਕਸਾਨ ਜ਼ਿੰਦਗੀ ਦੇ ਵਿੱਚ ਸਮਝਾਇਆ ਸੀ ਕਿ ਅਗਾਂਹ ਆਉਣ ਵਾਲੀ ਜ਼ਿੰਦਗੀ ਵਿੱਚ ਕਿਸ ਤਰੀਕੇ ਦੀ ਤੁਹਾਨੂੰ ਪੜ੍ਹਾਈ ਚਾਹੀਦੀ ਹੈ ਕਿਸ ਤਰੀਕੇ ਦੀ ਕਮਾਈ ਦਾ ਸਾਧਨ ਚਾਹੀਦਾ ਕਿ ਉਹਨਾਂ ਨੂੰ ਇੰਨਾ ਵਿਹਲਾ ਛੱਡ ਦਿੱਤਾ ਤੇ ਬਿਲਕੁਲ ਬੇਗੌਰੇ ਹੋ ਗਏ ਆਪੋ ਆਪਣੇ ਕੰਮਾਂ ਚ ਉਲਝੇ ਵੀ ਇਹ ਪਾਏ ਸੁੱਟੇ ਜੋ ਮਰਜ਼ੀ ਜਾਣ ਜਿੱਥੇ ਮਰਜ਼ੀ ਜਾਣ ਕਿ ਉਹਨਾਂ ਨੂੰ ਜ਼ਿੰਦਗੀ ਦਾ ਕੋਈ ਏਮ ਮਿਲਿਆ ਹੀ ਨਹੀਂ ਉਹਨਾਂ ਕੋਲ ਇੱਕੋ ਇੱਕ ਹੀ ਰਾਹ ਬਚਿਆ ਕਿ ਹਾਂਜੀ ਬਸ ਅਸੀਂ ਆਪਣੇ ਸਰੀਰਕ ਸੰਬੰਧ ਬਣਾਈਏ ਤੇ ਪਾਸੇ ਹੋ ਜਾਈਏ ਇਸ ਪਾਸੇ ਵੱਲ ਜੋ ਕਿ ਕਾਮ ਵਾਸ਼ਨਾ ਦੇ ਵੱਲ ਤੋਰਨ ਵਾਲੇ ਕੌਣ ਨੇ ਕਿ ਮਾਪਿਆਂ ਨੇ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਈ ਬਹੁਤ ਸਾਰੇ ਘਰ ਨੇ ਜਿੱਥੇ ਕੰਮ ਕਾਜੀ ਮਾਵਾਂ ਜਾਂ ਕੰਮ ਕਾਜੀ ਪਿਓ ਜਿਹੜੇ ਨੇ ਉਹ ਆਪੋ ਆਪਣੇ ਕੰਮਾਂ ਚ ਸਵੇਰ ਦੇ ਤੇ ਜਾਣਾ ਹੀ ਹੁੰਦਾ ਪਰ ਸ਼ਾਮਾਂ ਨੂੰ ਵੀ ਉਹਨਾਂ ਦੇ ਬਹੁਤੇ ਫੋਨਾਂ ਵਿੱਚ ਉਲਝੇ ਦੋਸਤਾਂ ਵੱਲ ਜਾਣਾ ਕਿੱਟੀ ਪਾਰਟੀ ਇਹਨਾਂ ਸਾਰਿਆਂ ਦੇ ਵਿੱਚ ਕੀ ਬੱਚਿਆਂ ਨੂੰ ਉਹ ਸਮਾਂ ਅਸੀਂ ਦਿੱਤਾ ਜਿਸ ਵਿੱਚ ਉਹਨਾਂ ਦੀਆਂ ਮੁਸ਼ਕਲਾਂ ਜੋ ਕੋਈ ਉਹਨਾਂ ਦੀਆਂ ਭਾਵੇਂ ਮਾਨਸਿਕ ਪਰੇਸ਼ਾਨੀਆਂ ਹੋਣ ਉਹ ਸੁਲਝਾਈਆਂ ਹੋਣ ਜੀ
ਸਾਡੇ ਇਹ ਸਾਰਿਆਂ ਦੇ ਨਾਲ ਨਾਲ ਜੋ ਨਦਾਰਦ ਇਹ ਚੀਜ਼, ਮੈਨੂੰ ਤੁਸੀਂ ਵੀ ਦੱਸਿਓ ਕਦੇ ਤੁਹਾਨੂੰ ਕੋਈ ਮਿਲਿਆ ਹੋਏ ਬੱਚਾ ਜੀ ਜਿਹੜਾ ਕਦੇ ਇਹ ਕਵੇ ਕਿ ਮੈਂ ਜੀ ਮੁਲਕ ਲਈ ਜਾਨ ਵਾਰਨਾ, ਮੈਨੂੰ ਬਹੁਤ ਚਿਰ ਹੋ ਗਿਆ ਮੈਂ ਸਕੂਲਾਂ ਵਿੱਚ ਜੋ ਲੈਕਚਰ ਦੇ ਰਹੀ ਹਾਂ, ਕਾਲਜ ਵਿੱਚ ਦਿੰਨੀ ਆ, ਹੁਣ ਤਾਂ ਖੈਰ ਗੱਲ ਹੀ ਛੱਡੋ ਨਾ, ਇਸ ਵੇਲੇ ਤਾਂ ਇੱਕੋ ਹੀ ਜਵਾਬ ਹੁੰਦਾ ਕੀ ਕਰਨਾ ਚਾਹੁੰਦੇ ਹੋ ਬੱਚੇ ਅੱਗੇ ਜਾ ਕੇ ਕੈਨੇਡਾ ਜਾਣਾ, ਹੁਣ ਤੇ ਗੱਲ ਹੀ ਮੁੱਕ ਗਈ ਨਾ ਜੀ ਜੀ। ਪਰ ਪਹਿਲਾਂ ਵੀ ਜਦੋਂ ਪੁੱਛਦੇ ਹੁੰਦੇ ਸੀ, ਮੈਂ ਗੱਲ ਹੁਣ ਕਿਉਂਕਿ ਮੈਨੂੰ ਤਾਂ ਜਾਂਦਿਆਂ ਨੂੰ ਹੋ ਗਏ ਨੇ 25 ਸਾਲ ਤੇ ਇਹੋ ਕੁਛ ਵਿੱਚ ਪਿੰਡਾਂ ਚ ਜਦੋਂ ਕਰਦੇ ਸਾਂ ਉਦੋਂ ਵੀ ਇੰਨੇ ਪੁਰਾਣਾ ਵੀ ਮੈਂ ਦੱਸ ਰਹੀ ਹਾਂ, ਕੋਈ ਵਿਰਲਾ ਟਾਵਾਂ ਬੱਚਾ ਹੁੰਦਾ ਸੀ ਜਿਹੜਾ ਕਹਿੰਦਾ ਸੀ ਮੈਂ ਫੌਜ ਚ ਜਾਣਾ ਬਿਲਕੁਲ, ਹੁਣ ਤਾਂ ਹੁਣ ਉਦੋਂ ਵੀ ਲੋਕਾਂ ਦਾ ਇੱਕੋ ਹੀ ਸੀਗਾ ਮੈਂ ਪੈਸੇ ਕਮਾਉਣੇ ਨੇ, ਬਈ ਇਹ ਨਹੀਂ ਪਤਾ ਕਿਵੇਂ ਪਿੰਡਾਂ ਚ ਸਕੂਲਾਂ ਚ, ਪਰ ਇੱਕੋ ਸੋਚ ਹੈ ਮੈਂ ਪੈਸੇ ਕਮਾਉਣੇ ਨੇ। ਹੁਣ ਤੁਸੀਂ ਵੇਖੋ ਕਿੰਨੀ ਉਸ ਬੱਚੇ ਦੇ ਮਨ ਤੇ ਠੇਸ ਵੱਜੀ ਹੋਈ ਹੈ ਕਿ ਮੈਂ ਗਰੀਬ ਹਾਂ, ਮੈਂ ਤੱਪੜ ਦੇ ਉੱਤੇ ਬੈਠਾ, ਮੇਰੀ ਜੁੱਤੀ ਟੁੱਟੀ ਹੋਈ ਹੈ, ਮੈਨੂੰ ਪੜ੍ਹਨ ਲਈ ਇੱਥੇ ਟੀਚਰ ਵੀ ਨਹੀਂ, ਪੀਣ ਜੋਗਾ ਵਧੀਆ ਪਾਣੀ ਨਹੀਂ, ਮੇਰੇ ਕੋਲ ਗੁਸਲਖਾਨਾ ਨਹੀਂ, ਤੇ ਮੇਰੇ ਮਨ ਵਿੱਚ ਇੱਕ ਟੀਸ ਹੈ ਮੈਂ ਪੈਸੇ ਹੁੰਦੇ ਤਾਂ ਸ਼ਾਇਦ ਇਸ ਤੋਂ ਵਧੀਆ ਥਾਂ ਤੇ ਹੁੰਦਾ, ਮੇਰੇ ਕੋਲ ਠੰਡ ਨਾ ਲੱਗਦੀ ਪੈਰਾਂ 'ਚ ਜੁੱਤੀ ਹੁੰਦੀ। ਇਸ ਬੱਚੇ ਦੀ ਇਸ ਮਾਨਸਿਕਤਾ ਲਈ ਕੌਣ ਜ਼ਿੰਮੇਵਾਰ ਜੀ, ਕਿ ਜਿਹਨੂੰ ਇੱਕੋ ਹੀ ਏਮ ਹੈ ਮੈਂ ਪੈਸੇ ਕਮਾਉਣੇ ਨੇ, ਤਾਂ ਉਹ ਪੈਸੇ ਕਮਾਉਣ ਦੀ ਸੋਚ, ਉਹ ਢੰਗ, ਉਹ ਤਰੀਕਾ ਕਿਸ ਪਾਸੇ ਨੂੰ ਜਾਏਗਾ, ਜਿਹਨੂੰ ਕਿ ਅਸੀਂ ਵਿਦਿਆ ਦਿੱਤੀ ਨਹੀਂ, ਹੱਕਾਂ ਬਾਰੇ ਉਹਨੂੰ ਪਤਾ ਨਹੀਂ, ਰਾਹ ਸੁਝਾਇਆ ਨਹੀਂ ਕਿਸ ਪਾਸੇ ਜਾਣਾ, ਤੇ ਉਹਨੇ ਗਲਤ ਪਾਸੇ ਜਾਣਾ ਹੀ ਜਾਣਾ ਜੀ। ਤਾਂ ਇਹਦਾ ਮਤਲਬ ਸਭ ਤੋਂ ਵੱਧ ਕਸੂਰਵਾਰ ਮੈਂ ਗਿਣਦੀ ਹਾਂ ਸਾਡੇ ਕਾਨੂੰਨ ਦੇ ਘਾੜੇ, ਸਾਡੇ ਸਿਆਸੀ ਲੋਕ ਜਿਹਨਾਂ ਨੂੰ ਇਹ ਪਤਾ ਹੀ ਨਹੀਂ ਕਿ ਅਸਲ ਲੋੜਾਂ ਪੰਜਾਬ ਦੇ ਲੋਕਾਂ ਦੀਆਂ ਕੀ ਨੇ ਜੀ, ਕਿ ਵਿਦਿਆ ਇੱਕ ਜੋ ਪੁਰਾਣੇ ਸਮਿਆਂ ਚ ਦੇਖੋ ਮੰਦਰ ਦਾ ਨਾਂ ਦਿੱਤਾ ਜਾਂਦਾ ਸੀ ਕਿ ਸਕੂਲ ਨਹੀਂ ਹੈ ਵਿਦਿਆ ਦਾ ਮੰਦਰ, ਬਿਲਕੁਲ ਵਿਦਿਆ ਦਾ ਮੰਦਰ ਦਾ ਨਾਂ ਦਿੱਤਾ ਜਾਂਦਾ ਸੀ, ਤੇ ਫਿਰ ਉਹ ਅਸੀਂ ਇੰਨਾ ਕਿਉਂ ਉਹਨਾਂ ਤੋਂ ਇਹ ਖੋਹ ਲਿਆ ਸਾਰਾ ਕੁਛ ਹੱਕ, ਵੀ ਤੁਸੀਂ ਗਿਆਨ ਵੀ ਨਹੀਂ ਲੈ ਸਕਦੇ, ਘੱਟੋ ਘੱਟ ਅਸੀਂ ਉਹਨਾਂ ਥਾਵਾਂ ਤੇ ਹੋਰ ਕੁਝ ਵੀ ਨਹੀਂ ਤਾਂ ਉਹਨਾਂ ਨੂੰ ਮੁਫ਼ਤ ਵਰਦੀਆਂ ਮਿਲਦੀਆਂ ਹੋਣ, ਤੇ ਵਰਦੀਆਂ ਦਾ ਹਾਲ ਦੱਸ ਦਿੰਨੀ ਆ, ਮੈਨੂੰ ਕਦੇ ਲੈ ਕੇ ਕੋਈ ਦਿਖਾਵੇ ਮੈਂ ਆਪ ਵੇਖਣਾ ਚਾਹਾਂਗੀ ਕਿ 600 ਰੁਪਏ ਦਿੱਤੇ ਜਾਂਦੇ ਨੇ ਸਾਲ ਲਈ। ਮੈਂ ਹਕੀਕਤ ਦੱਸ ਰਹੀ ਹਾਂ, ਇਹ ਛਪੀ ਹੋਈ ਖ਼ਬਰ ਚੋਂ ਹੀ ਮੈਨੂੰ ਵੀ ਪਤਾ ਲੱਗਿਆ ਸੀ ਕਿ ਉਸ 600 ਰੁਪਏ ਵਿੱਚ ਸਾਲ 'ਚ 2 ਵਾਰ ਦੀ ਗਰਮੀਆਂ ਤੇ ਸਰਦੀਆਂ ਦੀ ਵਰਦੀ, ਜੁੱਤੀਆਂ, ਜਰਾਬਾਂ, ਪੈਂਟ, ਕਮੀਜ਼, ਟਾਈ ਜੀ, ਜ਼ਰਾ ਲੈ ਕੇ ਦਿਖਾ ਦਿਓ ਮੈਨੂੰ ਤੁਸੀਂ ਜੇ ਕਿਤੇ ਮਿਲਦੀ ਹੋਵੇ, ਮੈਂ ਤਾਂ ਆਪ ਦੇਖਣਾ ਚਾਹਾਂਗੀ ਇਸ ਦੁਕਾਨ ਨੂੰ ਜਿੱਥੇ ਇਹ ਚੀਜ਼ਾਂ ਮਿਲ ਸਕਦੀਆਂ ਹੋਣ, ਕਿ 600 ਰੁਪਏ ਸਾਲ ਵਿੱਚ 2 ਵਰਦੀਆਂ ਪੂਰੀਆਂ ਇਸ ਤਰ੍ਹਾਂ ਦੀਆਂ ਬਣਾਉਣੀਆਂ ਗਰਮ ਤੇ ਠੰਡੀ, ਕੀ ਮਜ਼ਾਕ ਬਣਾ ਰਹੇ ਹਾਂ ਅਸੀਂ ਉਹਨਾਂ ਦਾ। ਇਸ ਤੋਂ ਬਾਅਦ ਅੱਜ ਤੱਕ ਵੀ, ਹੁਣ ਅੱਜ ਦੀ ਗੱਲ ਕਰਦੀ ਹਾਂ, ਅੱਜ ਤੱਕ ਵੀ ਬਥੇਰੀਆਂ ਥਾਵਾਂ ਨੇ ਜਿੱਥੇ ਲਾਈਟ ਜਾਣ ਤੇ ਜਨਰੇਟਰ ਨਹੀਂ ਹਨ, ਉਹਨਾਂ ਨੂੰ ਕੋਈ ਬੈਕਅਪ ਨਹੀਂ ਹੈ, ਯਾਨੀ ਬਿਜਲੀ ਦੇ ਤੋਂ ਬਗੈਰ, ਤੇ ਕੰਧਾਂ ਦੇ ਵਿੱਚ, ਮੈਂ ਤਾਂ ਆਪ ਪਰਸਨਲੀ ਗਈ ਹਾਂ ਸਕੂਲਾਂ ਦੇ ਵਿੱਚ ਜਿੱਥੇ ਸਿੱਲ ਮਾਰਦੀਆਂ ਬਦਬੂਦਾਰ ਕੰਧਾਂ, ਜਿੱਥੇ ਬੈਠ ਕੇ ਵੀ ਤੁਹਾਨੂੰ ਨੱਕ ਨੂੰ ਚੜ੍ਹਦੀ ਦਿਮਾਗ ਵੱਲ ਜਾਂਦੀ ਬਦਬੂ, ਉੱਥੇ ਬੈਠੀਆਂ ਬੱਚੀਆਂ ਜਿੱਥੇ ਬਲੈਕ ਬੋਰਡ 'ਚ ਦਿਸਦਾ ਵੀ ਨਹੀਂ, ਇੰਨੀ ਸਿੱਲ ਦੇ ਭਰੇ ਹੋਏ, ਉਹਨਾਂ ਥਾਵਾਂ ਤੇ ਬਹਿ ਕੇ ਇਹ ਬੱਚੇ ਪੜ੍ਹ ਰਹੇ ਹੋਣ, ਤਾਂ ਮੈਨੂੰ ਦੱਸੋ ਇਹ ਕੀ ਦੇਸ਼ ਦੀ ਕੋਈ ਉਸਾਰੀ ਦੇ ਵਾਸਤੇ ਕੰਮ ਕਰਨਗੇ? ਕੋਈ ਉਸਾਰੀ? ਬਿਲਕੁਲ, ਆਪਾਂ ਗੱਲ ਥੋੜੀ ਜੀ, ਥੋੜਾ ਜਿਹਾ ਫੇਰ ਆਪਾਂ ਆਪਣੇ ਟੌਪਿਕ ਕੰਨੀ ਨੂੰ ਮੁੜ ਕੇ ਆਈਏ। ਗੱਲ ਉਹੀ ਆ ਗਈ ਕਿ 21 ਸਾਲ ਦੀ ਜਿਹੜੀ ਏਜ ਹੈ, 18 ਸਾਲ ਦੇ ਬੱਚੇ ਦੀ ਜਿਹੜੀ ਹੋ ਜਾਂਦੀ ਸੀ, ਜਿਵੇਂ ਤਾਂ ਆਪਾਂ ਪਹਿਲਾਂ ਵੀ ਡਿਸਕਸ ਕਰਕੇ ਹਟੇ ਸੀ ਭੈਣ ਜੀ, ਕਿ ਇਸ ਤੋਂ ਪਹਿਲਾਂ ਤਾਂ ਕੀ ਇਹਦੇ ਪਿੱਛੇ, ਜਿਵੇਂ ਮੈਂ ਪਹਿਲਾਂ ਡਿਸਕਸ ਕੀਤਾ ਸੀਗਾ ਕਿ ਸਰਕਾਰ ਨੇ, ਪਰ ਦੂਜੇ ਦੇਸ਼ਾਂ ਦੇ ਵਿੱਚ ਜਿਹੜਾ, ਜੇ ਆਪਾਂ ਅਮਰੀਕਾ ਕੈਨੇਡਾ ਹੀ ਦੇਖੀਏ ਤਾਂ ਬਹੁਤ ਫਰਕ ਹੈ। ਇੱਥੇ ਸਾਡੇ ਅੰਤਰ, ਤੁਸੀਂ ਸਿੱਖਿਆ ਵਾਲੇ ਪਾਸੇ ਆਏ ਹੋ, ਬਿਲਕੁਲ ਸਹੀ ਗੱਲ ਹੈ ਕਿ ਸਿੱਖਿਆ ਜਦੋਂ ਨਹੀਂ ਦਿੱਤੀ ਜਾ ਰਹੀ ਤਾਂ ਬੱਚੇ ਨੂੰ ਅਕਲ ਕਿੱਥੋਂ ਆਊਗੀ? ਤੁਸੀਂ 18 ਸਾਲ ਤੋਂ 21 ਸਾਲ ਕਰਨ ਦੀ ਬਜਾਏ ਉਹਨਾਂ ਦੀ ਸਿੱਖਿਆ ਦੇ ਉੱਤੇ ਜ਼ੋਰ ਕਿਉਂ ਨਹੀਂ ਦਿੰਦੇ? ਉਹਨਾਂ ਨੂੰ ਉਹ ਕਿਉਂ, ਜੇ ਸਿੱਖਿਆ ਹੀ ਹੁੰਦੀ ਜਾਂ ਸਮਾਜਿਕ ਤੌਰ ਦੇ ਉੱਤੇ ਉਹਨਾਂ ਦਾ ਜਿਹੜਾ ਕਿਰਦਾਰ ਬਿਲਡ ਕੀਤਾ ਹੁੰਦਾ ਤਾਂ ਸ਼ਾਇਦ ਨਿਰਭੈ ਕਾਂਡ ਵਰਗੇ ਨਾ ਕਾਂਡ ਹੁੰਦੇ। ਬਿਲਕੁਲ, ਹੁਣ ਮੈਨੂੰ ਇਹ ਦੱਸੋ ਕਿ ਜਿਹੜੀ ਬੇਟੀ ਅਸੀਂ ਵਿਹਲੀ ਕਰ ਛੱਡੀ ਕਿ ਭਾਈ ਗੁਸਲਖਾਨੇ ਨਹੀਂ ਹੈ,
ਸੋ ਤੈਨੂੰ ਜੇ ਮਾਹਵਾਰੀ ਵੀ ਆਈ ਹੈ ਜੇ ਤੂੰ ਗੁਸਲਖਾਨਾ ਵਰਤਣਾ ਚਾਹੁੰਦੀ ਹੈ ਨਹੀਂ ਤਾਂ ਬਦੋ ਬਦੀ ਬੇਟੀ ਘਰ ਬਹਿ ਜਾਏਗੀ। ਇਸ ਬੇਟੀ ਨੂੰ 21 ਸਾਲ ਤੱਕ ਲਿਜਾਣਾ ਕਿਵੇਂ ਹੈ ਤੁਸੀਂ? ਉਹ ਬੇਟੀ ਜਿਹੜੀ ਸਕੂਲ ਚ ਜਾਂਦੀ ਨਹੀਂ ਤੇ ਘਰ ਇਹਨਾਂ ਵਹਿਸ਼ੀ ਲੋਕਾਂ ਦੀਆਂ ਨਜ਼ਰਾਂ ਦਾ ਸ਼ਿਕਾਰ ਹੈ, ਉਹਨਾਂ ਦੀਆਂ ਨਜ਼ਰਾਂ ਹੇਠ ਹੈ, ਇਹਨੂੰ ਮਾਪੇ ਕਿੰਨੀ ਦੇਰ ਘਰ ਤਾੜ ਕੇ ਰੱਖਣਗੇ, ਕਿੰਨੀ ਦੇਰ ਸਾਂਭਣਗੇ? ਇਹ 21 ਵਰਿਆਂ ਤੱਕ ਜਾਣ ਤੋਂ ਪਹਿਲਾਂ ਉਸੇ ਤਰ੍ਹਾਂ ਨਰੜ ਦਿੱਤੀ ਜਾਏਗੀ ਜਿਵੇਂ ਮੈਂ ਤੁਹਾਨੂੰ ਦੱਸ ਰਹੀ ਹਾਂ। ਅੱਜ ਦੇ ਦਿਨ ਵੀ ਸਾਡੇ ਕੋਲ, ਮੇਰੇ ਕੋਲ ਜਾਂ ਹੋਰ ਡਾਕਟਰ ਵੀ, ਅਸੀਂ ਸਾਂਝੀ ਗੱਲ ਕਰਦੇ ਹਾਂ ਕਿ ਉਹਨਾਂ ਕੋਲ ਆਊਟਡੋਰਾਂ ਵਿੱਚ ਆਪਣੇ 10ਵੀਂ ਜਾਂ 5ਵੀਂ ਦੇ ਸਰਟੀਫਿਕੇਟ ਲੈ ਕੇ ਤੁਰੇ ਆਉਂਦੇ ਨੇ ਮਾਪੇ ਵਿੱਚ, ਉਮਰ ਵਧਾ ਕੇ ਲਿਖੋ ਜੀ ਅਸੀਂ ਆਪਣਾ ਦੁਬਾਰਾ ਆਧਾਰ ਕਾਰਡ ਬਣਾਉਣਾ ਤੇ ਇਹਨੂੰ ਕਿਸੇ ਤਰੀਕੇ, ਤੁਸੀਂ ਅੱਗੇ ਤਾਂ 18 ਲਈ ਆਉਂਦੇ ਸੀ ਹੁਣ 21 ਲਈ ਲਿਖਾਉਣ ਲਈ ਆਉਣਗੇ, ਇਹਨੂੰ 5 ਜਾਂ 6 ਸਾਲ ਉਮਰ ਵਧਾ ਕੇ ਲਿਖ ਦਿਓ। ਇਹ ਹਾਲਤ ਜੇ ਮਾਪੇ ਕਰੀ ਜਾਣਗੇ ਤਾਂ ਕਿਹੜਾ ਆਧਾਰ ਕਾਰਡ ਚੈੱਕ ਹੋਣਾ ਹੈ? ਇਹ ਸਾਡੇ ਕਾਨੂੰਨ ਹੁੰਦਾ ਕਿੱਥੇ ਹੈ ਸਾਡੇ ਮੁਲਕ ਦੇ ਵਿੱਚ? ਤੇ ਇਹਨੂੰ ਲਾਗੂ ਕਰਨ ਲਈ ਤੁਸੀਂ ਜ਼ੋਰ ਜ਼ਬਰਦਸਤੀ ਤਾਂ ਕਰ ਹੀ ਨਹੀਂ ਸਕਦੇ। ਮੈਂ ਇਸੇ ਲਈ ਗੱਲ ਕਰਦੀ ਸੀ ਕਿ ਸੋਚ ਵਿੱਚ ਪਰਿਵਰਤਨ ਤਾਂ ਹੀ ਹੋਏਗਾ ਜੇ ਸਭ ਤੋਂ ਵੱਡੀ ਗੱਲ ਕਿ ਅਸੀਂ ਵਿਦਿਆ ਦੇਵਾਂਗੇ। ਉਦੋਂ ਇਹ ਕਾਨੂੰਨਾਂ ਦੀ ਲੋੜ ਨਹੀਂ ਰਹਿਣੀ, ਉਹਨਾਂ ਨੂੰ ਪਤਾ ਹੋਏਗਾ ਕਿ ਕਿਉਂ ਅਸੀਂ ਇਸ ਥਾਂ ਤੱਕ ਜਾਣਾ। ਤੇ ਹਰ ਬੇਟੀ ਨੂੰ ਵੀ ਚੰਗਾ ਲੱਗੇਗਾ ਕਿ ਬੱਚੇ ਤੂੰ ਪੜ੍ਹ ਕੇ ਜਾਏਗੀ, ਨੌਕਰੀ ਲੱਗੇਗੀ ਜਾਂ ਆਪਣਾ ਸਵੈ ਰੁਜ਼ਗਾਰ ਸ਼ੁਰੂ ਕਰਕੇ ਜਾ, ਤੂੰ ਕਿਸੇ ਤੇ ਆਸ਼ਰਿਤ ਨਹੀਂ ਹੋਏਗੀ, ਤਾਂ ਤੇਰੀ ਇੱਜ਼ਤ ਵੀ ਬਰਾਬਰ ਦੀ, ਤੂੰ ਪੂਰਾ ਯੋਗਦਾਨ ਅੱਗੋਂ ਵੀ ਤੇਰਾ ਵਧੀਆ, ਕਮਾਈ ਵਧੀਆ ਹੋਏਗੀ, ਵਧੀਆ ਰਹਿਣ ਸਹਿਣ ਹੋ ਸਕੇਗਾ, ਕਿਉਂ ਨਾ ਕੋਈ ਵੀ ਚਾਹੇਗਾ। ਪਰ ਅਸੀਂ ਇਹ ਸੋਚ ਪਨਪੀ ਨਹੀਂ ਦੇ ਰਹੇ। ਅਸੀਂ ਤਾਂ ਅੱਜ ਦੇ ਦਿਨ ਵੀ ਜੇ ਸਿਆਸੀ ਘੋਲ ਵਿੱਚ ਹੀ ਦੇਖੋ, ਇਹਨੂੰ ਲਾਗੂ ਕਰਨ ਲਈ ਜਿਹਨਾਂ ਨੂੰ ਭੇਜਿਆ ਜਾਊਗਾ ਜੀ, ਤੁਸੀਂ ਉਹਨਾਂ ਅਫਸਰਾਂ ਉੱਤੇ ਵੀ ਕਿੰਤੂ ਪਰੰਤੂ, ਮੈਂ ਸਮੁੱਚੇ ਸਾਰੇ ਅਫਸਰਾਂ ਉੱਤੇ ਨਹੀਂ ਕਿੰਤੂ ਪਰੰਤੂ ਕਰ ਰਹੀ, ਪਰ ਵੱਡੀ ਗਿਣਤੀ ਇਸੇ ਤਰ੍ਹਾਂ ਲਿਪਤ ਨੇ ਜਿਹਨਾਂ ਨੂੰ ਜਦੋਂ ਉਹ ਚੈੱਕ ਕਰਨ ਜਾਣਗੇ ਕਿੰਨੀ ਉਮਰ ਹੈ, ਯਕੀਨਨ ਨੋਟ ਜਿਹੜੇ ਹੋਣਗੇ, ਕੁਛ ਗੁਲਾਬੀ ਨੋਟ, ਕੁਛ ਹਰੇ ਨੋਟ, ਕੁਛ ਜਦੋਂ ਜੇਬ ਚ ਜਾਣਗੇ ਤੇ ਉਹ 18 ਵਾਲੀ ਉਮਰ ਨੂੰ ਵੀ 21 ਲਿਖ ਕੇ ਵਾਪਸ ਤੁਰ ਜਾਣਗੇ, ਉਹ ਕਿਸਨੇ ਰੋਕਣਾ? ਕੌਣ ਦੇਖਣ ਵਾਲਾ? ਜੇ ਇਹਨੂੰ ਲਾਗੂ ਕਰਨਾ ਬਹੁਤ ਜ਼ਬਰਦਸਤ ਔਖਾ ਹੋਏਗਾ ਜਦ ਤੱਕ ਕਿ ਅਸੀਂ, ਮੈਂ ਵਾਰ 18 ਸਾਲ ਲਈ ਨਹੀਂ ਅਸੀਂ ਕਰ ਸਕੇ ਜੀ, 18 ਸਾਲ ਲਈ ਨਹੀਂ ਕਰ ਸਕੇ, 21 ਵਾਲਾ ਤਾਂ ਔਖਾ ਕਿੰਨਾ ਹੋ ਜਾਣਾ। ਬਿਲਕੁਲ, ਮੈਂ ਤਾਂ ਦੱਸ ਹੀ ਰਹੀ ਹਾਂ, 18 ਵਾਲੇ ਤੇ ਜੇ 5ਵੀਂ ਜਮਾਤ ਦੇ ਹੁਣ ਵੀ ਵਿਆਹੇ ਜਾ ਰਹੇ ਨੇ, ਰਾਜਸਥਾਨ ਦੇ ਬੜੀਆਂ ਕਮਿਊਨਿਟੀਆਂ ਨੇ ਬਾਲ ਵਿਆਹ ਦੇ ਉੱਤੇ ਦੇਖੋ ਕਿੰਨਾ ਕੁਝ ਹੋ ਰਿਹਾ। ਬਿਲਕੁਲ, ਉਹੀ ਤਾਂ ਗੱਲ ਹੈ ਕਿ ਜੇ ਅਸੀਂ ਭਾਰਤ ਵਿੱਚ ਅਜੇ ਤੱਕ 18 ਸਾਲ ਦੀ ਉਮਰ ਦੇ ਹੁੰਦਿਆਂ, ਕਾਨੂੰਨ ਦੇ ਹੁੰਦਿਆਂ ਬਾਲ ਵਿਆਹ ਨਹੀਂ ਰੋਕ ਸਕੇ, ਤਾਂ 21 ਤੱਕ ਕੌਣ ਲੈ ਕੇ ਜਾਊਗਾ ਤੇ ਕੌਣ ਮੰਨੇਗਾ, ਤੁਹਾਡੀ ਕੌਣ ਸੁਣੇਗਾ? ਜੇ ਸਾਡੇ ਡਾਕਟਰਾਂ ਦੇ ਵਿੱਚ ਵੀ ਹਾਲਾਤ ਇਹ ਨੇ ਕਿ ਮਸਾਂ ਹੀ 21 ਤੇ ਪਹੁੰਚਦੇ ਹੋ, ਕਈ ਵਾਰ ਤਾਂ ਸੈਕਿੰਡ ਈਅਰ ਥਰਡ ਈਅਰ ਚ ਹੀ ਉੱਥੇ ਉਹਨਾਂ ਦੇ ਵਿਆਹ ਹੋਈ ਜਾ ਰਹੇ ਨੇ, ਕਿਉਂਕਿ ਮਾਪੇ ਇਸੇ ਸੋਚ ਨਾਲ ਨੇ ਕਿ ਭਾਈ ਛੇਤੀ ਕਰ ਦੀਏ, ਕਿਤੇ ਕੁੜੀ ਆਪਣੀ ਮਰਜ਼ੀ ਦਾ ਨਾ ਕੋਈ ਲੱਭ ਲਵੇ। ਅਜੇ ਤਾਂ ਅਸੀਂ ਕੁੜੀ ਨੂੰ ਇਹ ਖੁੱਲ ਨਹੀਂ ਦੇ ਸਕੇ ਕਿ ਭਾਈ ਤੂੰ ਪਸੰਦ ਕਰ ਲੈ ਕੋਈ ਤੇਰੇ ਸੋਚ ਦੇ ਅਨੁਸਾਰ ਦਾ ਹੋਵੇ। ਅਜੇ ਤੱਕ ਤਾਂ ਅਸੀਂ ਮਾੜੀ ਜੀ ਝਰੀਟ ਵੀ ਕਿਤੇ ਮੂੰਹ ਤੇ ਦਿਸ ਜਾਏ ਨਾ ਤੇ ਅਸੀਂ ਕਹਿੰਦੇ ਜੀ ਇਹਨੂੰ ਤਾਂ ਨੋਰਮਲ ਬੱਚਾ ਬੰਦਾ ਮਿਲ ਹੀ ਨਹੀਂ ਸਕਦਾ, ਇਹ ਤਾਂ ਦੁਆਜੂ ਲਵਾਂਗੇ ਜਾਂ ਦੁਗਣੀ ਉਮਰ ਦਾ ਦੇ ਦਿਆਂਗੇ। ਯਾਨੀ ਸਾਰੇ ਦਾ ਸਾਰਾ ਜ਼ੋਰ ਜੇ ਬੱਚਾ ਪੜ੍ਹਦਾ ਵੱਡਾ ਹੋ ਗਿਆ ਤਾਂ ਫੇਰ ਨੁਕਸ ਵੀ, ਕਹਿਣ ਤੋਂ ਬਾਅਦ ਵੀ ਸਮਾਜ ਹੀ ਸਾਡਾ ਇਹੋ ਜਿਹਾ ਹੋ ਗਿਆ ਕਿ ਉਹਦੇ ਉੱਤੇ ਜਿਹੜਾ ਕਹਿੰਦੇ ਨੇ ਕਿ ਕ੍ਰਾਈਮ ਜਿਹੜੇ ਬੱਚੇ ਨਾਲ ਹੋਇਆ ਹੁੰਦਾ ਉਹਨੂੰ ਹੀ ਜ਼ਿਆਦਾ ਸਵਾਲ ਕੀਤੇ ਜਾਂਦੇ ਨੇ, ਇੱਥੇ ਤੁਹਾਨੂੰ ਸਿੱਧ ਕਰਨਾ ਪੈਂਦਾ ਕਿ ਮੈਂ ਗੁਨਾਹਗਾਰ ਨਹੀਂ ਹਾਂ। ਬਿਲਕੁਲ, ਤੇ ਕਮਾਲ ਦੀ ਗੱਲ ਇਹ ਹੈ ਕਿ ਸਾਰੀ ਇੱਜ਼ਤ ਦਾ ਜੋ ਪੋਟਲੀ ਹੈ ਸਾਰੀ ਦੀ ਸਾਰੀ ਕੁੜੀ ਦੇ ਸਿਰ ਉੱਤੇ ਹੀ ਧਰ ਦਿੱਤੀ ਜਾਂਦੀ ਹੈ ਕਿ ਮੁੰਡਾ ਕਤਲ ਵੀ ਕਰ ਆਵੇ ਤੇ ਪਿਓ ਦੀ ਪੱਗ ਨੂੰ ਕੁਛ ਨੀ, ਉਹਦੀ ਇੱਜ਼ਤ ਨੂੰ ਨੀ ਹੁੰਦਾ, ਉਹਦੇ ਪਿਓ ਨੂੰ ਪੱਗ ਨੂੰ ਵੱਟਾ ਨੀ ਲੱਗਦਾ, ਕੱਖ ਨੀ ਹੁੰਦਾ ਜੇ। ਪਰ ਕੁੜੀ ਸਿਰਫ ਘਰੋਂ ਨਿਕਲਦੀ ਹੈ ਜੇ ਲੇਟ ਤਾਂ ਵੀ ਪਿਓ ਦੀ ਇੱਜ਼ਤ ਨੂੰ ਖਤਰਾ ਸ਼ੁਰੂ ਹੋ ਜਾਂਦਾ, ਤੇ ਜੇ ਉਹ ਕਹਿ ਕਿਤੇ ਦਵੇ ਵੀ ਮੈਂ ਜੀ ਅਜੇ ਪੜ੍ਹਨਾ ਚਾਹੁੰਦੀ ਹਾਂ ਬਾਅਦ ਵਿੱਚ ਵਿਆਹ ਕਰਾਂਗੀ, ਤਾਂ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਂਦਾ। ਪਰ ਦੂਜੇ ਪਾਸੇ ਇਹ ਬੇਟੀਆਂ ਤੇ ਇੰਨੀਆਂ ਰਿਸਟ੍ਰਿਕਸ਼ਨਸ ਨਾਲ ਨਿਕਲਦਾ ਕੀ ਪਿਆ ਜੇ? ਮੈਂ ਇਸੇ ਲਈ ਸ਼ੁਰੂ ਉਹ 2-3 ਖਬਰਾਂ ਤੋਂ ਦੱਸਿਆ ਸੀ ਕਿ ਜੇ ਇਹਨੂੰ ਤੁਸੀਂ ਇਸ ਤਰ੍ਹਾਂ ਭੇਜਦੇ ਹੋ ਵੀ ਘਰ ਵਿੱਚ ਤਾਂ ਰਿਸਟ੍ਰਿਕਸ਼ਨਸ ਨੇ ਤੁਹਾਡੇ ਸਾਹਮਣੇ ਹੈ ਕਿ ਤੂੰ ਸ਼ਾਮ ਨੂੰ ਨਿਕਲਣਾ ਨਹੀਂ, ਨਾਲ ਦੇ ਗੁਆਂਢੀ ਦੇ ਮੁੰਡੇ ਨਾਲ ਗੱਲ ਨਹੀਂ ਕਰਨੀ, ਇਹ ਨਹੀਂ ਕਰਨਾ, ਟੋਟਲ ਰਿਸਟ੍ਰਿਕਸ਼ਨਸ ਨੇ, ਸਿਰ ਤੇ ਚੁੰਨੀ ਰੱਖ, ਆਹ ਕੱਪੜੇ ਪਾਣੇ ਨੇ, ਇੰਨਾ ਕੁ ਹੱਸਣਾ, ਇੰਨਾ ਕੁ ਬੈਠਣਾ, ਤੇ ਉਹਨੂੰ ਤੁਸੀਂ ਭੇਜ ਦਿੰਦੇ ਹੋ ਜਾ ਭਾਈ ਤੂੰ ਪੀਜੀ ਚ ਬਹਿ ਜਾ ਹੁਣ।
ਜਿੱਥੇ ਇੰਨੀਆਂ ਰੈਸਟ੍ਰਿਕਸ਼ਨਸ ਤੋਂ ਬਾਅਦ ਉਹ ਬੇਟੀ ਨਿਕਲੇ, ਬੱਚਾ ਇੱਕਦਮ ਬਿਲਕੁਲ ਇੱਕਦਮ ਹੋ ਜਾਂਦਾ ਹੈ, ਜਿਹਦੇ ਤੇ ਕੋਈ ਰੋਕ ਟੋਕ ਨਹੀਂ, ਖੁੱਲੀ ਥਾਂ ਤੇ ਹੈ ਉਹ, ਫਿਰ ਹਮੇਸ਼ਾ ਹੀ ਹੁੰਦਾ ਜੇ ਜਦੋਂ ਕਿਸੇ ਨੂੰ ਵੀ ਆਜ਼ਾਦੀ ਮਿਲਦੀ ਏ, ਜੰਜੀਰਾਂ ਟੁੱਟਦੀਆਂ ਤੇ ਉਹ ਉੱਚੀ ਉਡਾਰੀ ਮਾਰਨ ਦੀ ਕੋਸ਼ਿਸ਼ ਕਰਦਾ, ਫਿਰ ਉਹ ਸਾਰੀਆਂ ਉਹ ਗੱਲਾਂ ਕਰੇਗਾ ਜਿਨ੍ਹਾਂ ਤੋਂ ਰੋਕਿਆ ਗਿਆ ਸੀ। ਤੇ ਫਿਰ ਇਸੇ ਹੀ ਤਰ੍ਹਾਂ ਮੈਨੂੰ ਤੁਸੀਂ ਆਪ ਹੀ ਗੱਲ ਕਰਕੇ ਵੇਖੋ, ਜਦੋਂ ਇੱਕ ਪਰਾਏ ਮੁਲਕ ਵਿੱਚ ਕੱਲੀ ਤੋਰ ਦਿੰਦੇ ਆ, ਬਿਲਕੁਲ ਇਹ ਤਾਂ ਜੇ ਕੁਰਾਲੀ ਦੀ ਗੱਲ ਸੁਣਾ ਰਹੀ ਹਾਂ ਜਾਂ ਪਿੰਡਾਂ ਦੇ ਵਿਚਲੀ ਗੱਲ ਸੁਣਾ ਰਹੀ ਹਾਂ, ਤੇ ਜਦੋਂ ਉਸ ਥਾਂ ਤੇ ਹੈ ਜਿੱਥੇ ਮਾਂ ਪਿਓ ਨੇ ਨੇੜੇ ਵੀ ਨਹੀਂ ਫਟਕਣਾ, ਤੇ ਮਾਹੌਲ ਜਿੱਥੇ ਬਹੁਤ ਖੁੱਲਾ ਜੇ ਉਹਨਾਂ ਮੁਲਕਾਂ ਚ, ਜਿੱਥੇ ਇਹਨਾਂ ਬੇਟੀਆਂ ਚੋਂ ਵੱਡੀ ਗਿਣਤੀ ਨੂੰ ਕੋਈ ਰਹਿਣ ਦੀ ਥਾਂ ਨਹੀਂ, ਕਮਾਈ ਦਾ ਸਾਧਨ ਨਹੀਂ, ਇਹ ਕਿਸ ਤਰੀਕੇ ਵਰਤੀਆਂ ਜਾਂਦੀਆਂ ਨੇ ਕੋਈ ਅੰਦਾਜ਼ਾ ਹੈ? ਕਿਵੇਂ ਉਹ ਆਪ ਵੀ ਖੁੱਲ ਲੈਣਗੀਆਂ ਵੀ ਹੋਰ ਕੋਈ ਕੰਮ ਨਹੀਂ, ਤੇ ਚਲੋ ਫਿਰ ਅਸੀਂ ਗਲਤ ਢੰਗ ਨਾਲ ਹੀ ਸਹੀ ਪਰ ਕੁਝ ਨਾ ਕੁਝ ਕਮਾਈ ਕਰ ਲਈਏ। ਮੈਂ ਫਿਰ ਸਾਰੀਆਂ ਬੇਟੀਆਂ ਤੇ ਉਂਗਲ ਨਹੀਂ ਚੱਕ ਰਹੀ, ਪਰ ਜੋ ਖਬਰਾਂ ਨਿੱਤਰ ਕੇ ਬਾਹਰ ਆਉਂਦੀਆਂ, ਜਿਸ ਤਰੀਕੇ ਅਖਬਾਰਾਂ ਚ ਵੀ ਛਪਿਆ ਕਿ ਕਈ ਮੁਲਕਾਂ ਨੇ ਕਿਹਾ ਕਿ ਏਦਾਂ ਦੀਆਂ ਜਿਹੜੀਆਂ ਕੁੜੀਆਂ ਆ ਰਹੀਆਂ ਨੇ ਉਹਨਾਂ ਚੋਂ ਕਾਫੀ ਜਿਹੜੀਆਂ ਗਲਤ ਰਾਹ ਵੀ ਤੁਰ ਪੈਂਦੀਆਂ ਨੇ, ਕਿਉਂਕਿ ਮਜਬੂਰ ਨੇ, ਉਹਨਾਂ ਕੋਲ ਕੋਈ ਵੀ ਢੰਗ ਤਰੀਕਾ ਨਹੀਂ ਰਹਿੰਦਾ ਆਪਣੀਆਂ ਫੀਸਾਂ ਭਰਨ ਦਾ, ਤੇ ਉੱਤੋਂ ਦਬਾਅ ਹੁੰਦਾ ਮਾਪਿਆਂ ਦਾ, ਛੇਤੀ ਬੁਲਾਓ ਸਾਨੂੰ, ਪੈਸੇ ਭੇਜੋ ਸਾਨੂੰ। ਸੋ ਉਹ ਸਾਰਾ ਚੱਕਰ ਵਿਊ ਹੈ ਜਿਸ ਤਰੀਕੇ ਅਸੀਂ ਕੁੜੀਆਂ ਨੂੰ ਨਪੀੜ ਛੱਡਿਆ, ਬੇਟੀਆਂ ਨੂੰ ਜਿਹੜੀਆਂ ਚਾਹੁੰਦੀਆਂ ਨੇ ਅਸੀਂ ਅਗਾਂਹ ਵੱਧ ਸਕੀਏ, ਪਰ ਮਜਬੂਰ ਕਿਸੇ ਥਾਂ ਤੇ ਹੋ ਜਾਂਦੀਆਂ ਨੇ ਕਿ ਹੁਣ ਕੋਈ ਰਾਹ ਹੀ ਨਹੀਂ ਬਚਿਆ, ਤੇ ਲੋਕ ਤਾਂ ਉਹਨਾਂ ਨੂੰ ਦਬੋਚਣ ਨੂੰ ਤਿਆਰ ਬੈਠੇ ਨੇ ਕਿ ਆਓ ਜੀ ਇੱਕ ਨਵਾਂ ਵੋਟ ਆਇਆ, ਚਲੋ ਜੀ ਫਟਾਫਟ ਇਹਨੂੰ ਵੀ ਟਾ ਲਈਏ। ਸੋ ਇਹ ਸੋਚ ਜਦ ਤੱਕ ਤਬਦੀਲ ਨਹੀਂ ਨਾ ਕਰਦੇ ਕੁੜੀਆਂ ਪ੍ਰਤੀ, ਬੇਟੀਆਂ ਪ੍ਰਤੀ। ਅੱਛਾ ਇੱਕ ਚੀਜ਼ ਹੋਰ ਹੈ ਡਾਕਟਰ ਸਾਹਿਬ, ਤੁਸੀਂ ਸਟੱਡੀ ਕੀਤੀ ਹੋਣੀ ਹੈ, ਵੈਸੇ ਐਵਰੇਜ ਏਜ ਜਿਹੜੀਆਂ ਡੈਵਲਪਡ ਕੰਟਰੀਜ਼ ਨੇ, ਆਪਾਂ ਇਸਲਾਮਿਕ ਕੰਟਰੀਜ਼ ਨੂੰ ਛੱਡ ਦਈਏ, ਉੱਥੇ ਤਾਂ ਮੈਂ ਪੜ੍ਹ ਰਿਹਾ ਸੀ ਕਹਿੰਦੇ 12-13 ਸਾਲ ਦੀ ਬੱਚੀ ਦੀ ਹੀ ਸ਼ਾਦੀ ਅਲਾਊਡ ਹੈਗੀ ਹੈ ਉਹਨਾਂ ਦੇ ਇਸਲਾਮਿਕ ਕੰਟਰੀਜ਼ ਕਈ ਥਾਵਾਂ ਦੇ ਉੱਤੇ, ਪਰ ਭਾਰਤ ਦੇ ਵਿੱਚ ਵੀ ਸਾਡੀਆਂ ਇੰਨੀਆਂ ਕੁ ਹੈਗੀਆਂ ਕਿ ਬਾਲ ਵਿਆਹ ਹੈਗਾ ਜੀ, ਵਿਆਹ ਹੋਣ ਕਰਤਾ ਚਲੋ ਤੋਰਾਂਗੇ, ਉਹਨੂੰ ਆਏ ਨਹੀਂ ਪਤਾ ਹੁੰਦਾ ਮੁੰਡੇ ਨੂੰ ਵੀ ਮੇਰਾ ਵਿਆਹ ਹੋ ਰਿਹਾ ਜਾਂ ਕੀ ਹੋ ਰਿਹਾ, ਇਹ ਮੇਰੀ ਕੌਣ ਹੈ। ਸੋ ਜੇ ਆਪਾਂ ਐਵਰੇਜ ਏਜ ਗੱਲ ਕਰੀਏ ਤਾਂ ਵਰਲਡ ਦੀਆਂ ਹੈਲਦੀ ਕੰਟਰੀਜ਼ ਜਿਹੜੀਆਂ ਡਿਵੈਲਪਡ ਕੰਟਰੀਜ਼ ਆ ਉਹਦੇ 'ਚ ਕੀ ਚੱਲ ਰਹੀ ਹੈ, ਭਾਰਤ ਦੇ ਵਿੱਚ ਕੀ ਏਜ ਹੈ, ਅਤੇ ਅੰਡਰ ਡਿਵੈਲਪ ਕੰਟਰੀਜ਼ ਦੇ ਵਿੱਚ ਜੇ ਸਟੱਡੀ ਹੈ ਤਾਂ ਉੱਥੇ ਕੀ ਏਜ ਹੈ? ਦੇਖੋ ਵੱਖੋ ਵੱਖਰੇ ਮੁਲਕਾਂ ਵਿੱਚ ਇਹ ਰੱਖੀ ਗਈ ਹੈ, ਪਰ ਕਈ ਥਾਈਂ ਇਹ ਨਿਰਧਾਰਿਤ ਵੀ ਨਹੀਂ ਹੈ, ਤੇ ਬਹੁਤੀਆਂ ਥਾਵਾਂ ਤੇ ਅਸਲ ਵਿੱਚ ਇਸ ਚੀਜ਼ ਨੂੰ ਇੱਕ ਤਰੀਕੇ ਇਗਨੋਰ ਕਰਨ ਨਾਲ ਉਹਨਾਂ ਨੇ ਲਿਵ ਇਨ ਰਿਲੇਸ਼ਨਸ਼ਿਪ ਹੀ ਸ਼ੁਰੂ ਕਰ ਦਿੱਤਾ, ਜਿੱਥੇ ਇਹ ਨਵਾਂ ਢੰਗ ਬੱਚਿਆਂ ਨੇ ਲੱਭਿਆ ਕਿ ਅਸੀਂ ਪਹਿਲਾਂ ਇੱਕ ਦੂਜੇ ਨੂੰ ਜਾਣਨਾ ਚਾਹੁੰਦੇ ਹਾਂ, ਪਛਾਣਨਾ ਚਾਹੁੰਦੇ ਹਾਂ, ਤੇ ਫੇਰ ਹੀ ਅਸੀਂ ਕਰਾਂਗੇ। ਇੰਡੀਆ ਚ ਮੈਂ ਅੱਜ ਪੜ੍ਹ ਰਿਹਾ ਸੀ ਕਿਸੇ ਕੋਰਟ ਦਾ ਫੈਸਲਾ, ਰੂਲਿੰਗ ਆ ਗਈ ਹੈ ਕਿ ਜੇ ਬੱਚੇ ਦੀ ਮੈਰਿਜੇਬਲ ਹੈ ਨਹੀਂ ਤਾਂ ਲਿਵ ਇਨ ਚ ਲੈ ਰਹੇ ਆ, ਤਾਂ ਦੈਟ ਇਜ਼ ਨਾਟ ਅ ਕ੍ਰਾਈਮ ਇੰਡੀਆ ਦੇ ਵਿੱਚ ਵੀ, ਜਿੱਥੇ ਕੋਰਟਸ ਬੜੀਆਂ ਲਿਬਰਲ ਨੇ ਤੇ ਅਦਾਲਤ ਕੰਟਰੀਜ਼ ਜਿਹੜੀਆਂ ਸਟੇਟ ਕੀ ਕਰਨਾ ਚਾਹੁੰਦਾ। ਬਿਲਕੁਲ, ਮੈਂ ਅਮਰੀਕਾ ਚ ਸਾਂ ਜੀ, ਜਿੱਥੇ ਮੈਨੂੰ ਇੱਕ ਹੋਸਟਲ ਦਿਖਾਇਆ ਗਿਆ ਜਿੱਥੇ ਉਹਨਾਂ ਨੇ ਗੱਲ ਕੀਤੀ, ਮੈਂ ਇੱਕ ਡਾਕਟਰ ਸਨ ਮੇਰੇ ਨਾਲ ਕਲੀਗ, ਉਹਨਾਂ ਨੇ ਦੱਸਿਆ ਕਿ ਹੁਣ ਤਾਂ ਕੁਛ ਵੱਖ ਹੋ ਚੁੱਕਾ ਸੁਧਾਰ, ਪਰ ਕੁਝ ਵਰੇ ਪਹਿਲਾਂ ਤੱਕ, ਕਿਉਂਕਿ ਉੱਥੇ ਮੁੰਡੇ ਕੁੜੀਆਂ ਦੇ ਹੋਸਟਲ ਸਾਂਝੇ ਨੇ, ਅਲੱਗ ਨਹੀਂ ਰੱਖਦੇ, ਇਸ ਤਰ੍ਹਾਂ ਦਾ ਫਿਕਰਾ ਨਹੀਂ ਕਰਦੇ, ਤਾਂ ਉਹਨਾਂ ਦੱਸਿਆ ਸੀ ਕਿ ਥੱਲੇ ਸਭ ਤੋਂ ਹੇਠਲੇ ਫਲੋਰ ਤੇ ਪੰਘੂੜਾ ਰੱਖਿਆ ਹੁੰਦਾ ਸੀ, ਜਿੱਥੇ ਅਨਵੈਡ ਮਦਰ ਦੇ ਜੋ ਬਣ ਜਾਂਦੀਆਂ ਸਨ ਉੱਥੇ ਬੱਚਾ ਪਾ ਕੇ ਤੇ ਆਪਣਾ ਫਿਰ ਤੁਰ ਜਾਂਦੀਆਂ ਸਨ, ਇਹ ਪਤਾ ਹੀ ਨਹੀਂ ਸੀ ਹੁੰਦਾ ਕਿਹਦਾ ਹੈ ਕਿਹਦਾ ਨਹੀਂ, ਤੇ ਉੱਥੋਂ ਸਾਂਭਿਆ ਜਾਂਦਾ ਸੀ। ਇਹ ਸਟੇਜ ਵੀ ਕਦੇ ਰਹੀ ਹੈ, ਉਹਦੇ ਬਾਵਜੂਦ ਉਹਨਾਂ ਨੇ ਇਹ ਖੁੱਲ ਦਿੱਤੀ ਹੋਈ ਹੈ ਕਿ ਤੁਸੀਂ ਆਪਣੀ, ਹੁਣ ਮੈਂ ਤੁਹਾਨੂੰ ਸਿੰਪਲ ਜੀ ਗੱਲ ਯੂਰਪ ਦੀ ਦੱਸਦੀ ਹਾਂ, ਜੋ ਅਸੀਂ ਪੜ੍ਹਾਉਂਦੇ ਹਾਂ ਬੱਚਿਆਂ ਨੂੰ ਇੱਥੇ, ਕਿ ਉੱਥੇ ਕਲੀਅਰ ਕੱਟ ਹੈ ਕਿ 13 ਸਾਲ ਦੀ ਵੀ ਜੇ ਬੇਟੀ ਆਪਣੇ ਰਿਲੇਸ਼ਨਸ ਕਿਤੇ ਬਣਾ ਰਹੀ ਹੈ ਤਾਂ ਸਟ੍ਰਿਕਟ ਐਕਸ਼ਨ ਡਾਕਟਰ ਤੇ ਲਿਆ ਜਾਂਦਾ, ਕਿਉਂਕਿ ਜੇ ਉਹ ਡਾਕਟਰ ਕੋਲ ਆ ਜਾਂਦੀ ਹੈ ਕਹਿਣ ਵੀ ਮੇਰੇ ਆ ਠਹਿਰ ਰਿਹਾ ਗਰਭ ਤੇ ਮੈਨੂੰ ਦਿਓ ਤੇ ਇਹਦੇ ਬਾਰੇ ਸਮਝਾਓ, ਤੇ ਉਹ ਮਾਪਿਆਂ ਨੂੰ ਦੱਸ ਨਹੀਂ ਸਕਦੇ, ਕਾਨੂੰਨ ਜੁਰਮ ਹੈ, ਡਾਕਟਰ ਤੋਂ ਡਿਗਰੀ ਖੋ ਲਈ ਜਾਂਦੀ ਹੈ। ਦੱਸੋ, ਸੋ ਇਹ ਚੀਜ਼ਾਂ ਖੁੱਲ ਦਿੱਤੀ ਹੋਈ ਆ ਉਹਨਾਂ ਮੁਲਕਾਂ ਵਿੱਚ ਕਿ ਤੁਸੀਂ
जो मर्जी करो जिवें मर्जी करो कोई रोक टोक नहीं है, पर ये नहीं है कि उत्थे 100% ही बेटियां उस पासे फिर भी जा रही है। फिर भी समझदारी तो बहुत चीज है जी, बहुत चंगी चीज है। यही कारण है कि जेडियां पढ़ना लिखना चाहुंदियां ने जिन्हां नूं सही सेध घरों मिल जाती है ਉਹ ਬਹੁਤ ਅਗਾਂਹ ਜਾ ਰਹੀਆਂ ਨੇ। ਤੁਹਾਨੂੰ ਪਤਾ ਹੈ ਕਿ ਬੇਟੀਆਂ ਉਹਨਾਂ ਮੁਲਕਾਂ ਚ ਕਿੱਥੇ ਤੱਕ ਪਹੁੰਚੀਆਂ ਨੇ, ਉੱਪਰ ਤੋਂ ਉੱਪਰ ਸਿਰੇ ਤੱਕ। ਪਰ ਉੱਥੇ ਵੀ ਇਹ ਵਿਗਾੜ ਤਾਂ ਹੀ ਹੋ ਰਿਹਾ ਜਿੱਥੇ ਮਿਡਲ ਕਲਾਸ ਫੈਮਿਲੀ ਸਨ ਜਾਂ ਲੋਅ ਕਲਾਸ ਸਨ, ਜਿਹਨਾਂ ਨੂੰ ਨਹੀਂ ਕੋਈ ਸੇਧ ਦੇਣ ਦਾ ਰਾਹ ਮਿਲਿਆ ਤੇ ਨਾ ਹੀ ਕਮਾਈ ਦਾ ਉਨਾ ਸਾਧਨ ਸੀ, ਸੋ ਇਸ ਤਰੀਕੇ ਖੁੱਲ ਦਿੰਦੇ ਰਹੇ। ਉਹੀ ਕੰਮ ਸਾਡੇ ਅੱਜ ਹੈ ਕਿ ਅਸੀਂ ਦੌੜ ਚ ਤਾਂ ਸ਼ਾਮਿਲ ਹੋ ਗਏ ਹਾਂ ਕਿ ਅਸੀਂ ਵਿਕਸਿਤ ਮੁਲਕਾਂ ਵੱਲ ਜਾਣਾ, ਪਰ ਅਸੀਂ ਆਪਣੀ ਉਹ ਸੋਚ ਵੀ ਕੁੜੀਆਂ ਨੂੰ ਦਵਾਈ ਰੱਖਣਾ ਤੇ ਇਹਨਾਂ ਦਾ ਜਿਸ ਤਰੀਕੇ ਅਸੀਂ ਹਾਲ ਕਰਕੇ ਤੇ ਬਾਹਰ ਕੁਛ ਹੋਰ ਬਣਿਆ ਅੰਦਰ ਕੁਛ ਹੋਰ, ਉਹ ਦੋਗਲੇਪਨ ਦੀ ਨੀਤੀ ਛੱਡਣੀ ਪੈਣੀ। ਸੋ ਬਹੁਤ ਬਹੁਤ ਸ਼ੁਕਰੀਆ ਭੈਣ ਜੀ, ਤੁਹਾਡਾ ਪ੍ਰੋਗਰਾਮ ਸਮਾਪਤ ਕਰਨ ਦੀ ਮੈਂ ਅੱਗੇ ਚਾਹਾਂਗਾ, ਤੁਹਾਡੇ ਤੋਂ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਸ਼ਮਾਦਾਨ